बिलावल महला तीजा वार सत घर दसवां एक ओंकार सत गुर प्रसाद आदित वार आद पुरख है सोई आपे वरत अवर ना को पोत पोत जग रहया परोई आपे करता करे सो नाम रते सदा सुख हो गुरमुख विरला बुझे को हृदय जपनी जपो गुण तसा हर अगम अगोचर अपरंपर स्वामी जान पग लग त्यावो हो दासन दासा हृदय जपनी जपो गुण तासा हर अगम अगोचर अपरंपर स्वामी जान पग लग त्यावो हो दासन दासा रहा सोमवार सच रहे आसमा तेस की कीमत कही ना जाए आख आख रहे सब लेवलाए जिस देवे तेस पल्ले पाए अगम अगोचर लखिया ना जाए गुर के शब्द हार रहया समाए वाहिगुरु जी का खालसा वाहिगुरु जी की फतेह। परम सत्कार योग सतगुरु गुरु ग्रंथ साहिब महाराज जी दे गुरु सवारे सतसंगी जनो पातशाह जी की अमृतमई पावन बाणी नाल सांझ बनाउण दा ये उद्दम अकाल पुरख जी ने बख्शिश रूप विच आपां सारयां दी झोली विच पाया है। गुरु ग्रंथ साहिब महाराज जी की पावन बाणी विच तीसरे पातशाह धन धन गुरु अमरदास महाराज जिन्हां दी उचारण कीती होई विशेष बाणी जिस दा सरलेख है बिलावल महला तीजा राग बिलावल विच तीसरे पातशाह जी दी वार सत ए बाणी दा सरलेख है कि सत वारां दा संकेत वरत के जिस नूं असीं सप्ताह कहिंदे हां जिहड़ा असीं हफ्ता शब्द आखदे हां इह परशियन भाषा विचों सफर करके पंजाबी दा ही तकरीबन रूप बन गया है और सत्तां दिनां दा संकेत वरत के गुरु महाराज ने अपना मुबारक उपदेश सानू सभनां नूं बख्शिश कीता। घर दसवां दसवें घर विच ताल नाल संबंधित इस नूं गाउण दी हिदायत है। एक ओंकार ओह अकाल पुरख एक है सारी कुदरत विच व्यापक है सत ओह सदीव काल होंद वाला है और गुरु की रहमत ते कृपा द्वारा गुरु की बख्शिश कीती हुई सोझी द्वारा
ਉਸ ਕਰਤੇ ਨੂੰ ਵਿਆਪਕ ਪ੍ਰਭੂ ਨੂੰ ਜਾਣਿਆ ਜਾਂਦਾ ਹੈ। ਇਸ ਨਾਮ ਦੀ ਇੱਕ ਬਾਣੀ ਹੋਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਰਾਗ ਗੌੜੀ ਵਿੱਚ ਭਗਤ ਬਾਣੀ ਕਬੀਰ ਸਾਹਿਬ ਜੀ ਦੀ, ਉਨ੍ਹਾਂ ਨੇ ਵੀ ਸੱਤ ਵਾਰਾਂ ਦਾ ਸੰਕੇਤ ਵਰਤ ਕੇ ਆਪਣਾ ਮੁਬਾਰਕ ਉਪਦੇਸ਼ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਇਸ ਪਾਵਨ ਬਾਣੀ ਦੇ ਰਹਾਓ ਵਾਲੇ ਬੰਦ ਵਿੱਚ, ਰਹਾਓ ਦਾ ਭਾਵ ਹੈ ਠਹਿਰ ਜਾਣਾ, ਰੁਕਣਾ, ਵਿਚਾਰ ਕਰਨੀ। ਇਸ ਨੂੰ ਪੁਰਾਣੇ ਗਿਆਨੀਆਂ ਨੇ ਇੱਕ ਤਸ਼ਬੀਹ ਦਿੱਤੀ ਹੈ ਜਿਸ ਨੂੰ ਅਸੀਂ ਤੁਲਨਾ ਕਰਨਾ ਕਹਿੰਦੇ ਹਾਂ। ਉਨ੍ਹਾਂ ਨੇ ਕਿਹਾ ਜਿਵੇਂ ਤੁਸੀਂ ਇੱਕ ਖਿੜੇ ਹੋਏ ਫੁੱਲ ਨੂੰ ਵੇਖਦੇ ਹੋ, ਫੁੱਲ ਦੀਆਂ ਪੰਖੜੀਆਂ ਜਿਹੜੀਆਂ ਹਨ ਜਿਸ ਜਗ੍ਹਾ ਤੇ ਜਾ ਕੇ ਉਨ੍ਹਾਂ ਦਾ ਮੁੱਢ ਹੁੰਦਾ, ਜਿੱਥੇ ਜਾ ਕੇ ਉਹ ਜੁੜਦੀਆਂ ਹਨ, ਉਸ ਵਿਚਕਾਰਲੇ ਹਿੱਸੇ ਤੋਂ ਹੀ ਉਹ ਰੂਪ ਲੈਂਦੀਆਂ ਨੇ, ਰੰਗ ਲੈਂਦੀਆਂ ਨੇ, ਰਸ ਲੈਂਦੀਆਂ ਨੇ, ਤਾਜ਼ੀਆਂ ਰਹਿੰਦੀਆਂ ਨੇ। ਉਸ ਵਿਚਕਾਰਲੇ ਭਾਗ ਨੂੰ ਮਕਰੰਦ ਆਖਿਆ ਜਾਂਦਾ, ਉਥੋਂ ਹੀ ਉਨ੍ਹਾਂ ਨੂੰ ਖੁਰਾਕ ਮਿਲਦੀ ਹੈ। ਜਦੋਂ ਭਵਰਾ ਆ ਕੇ ਬੈਠਦਾ ਤੇ ਕਦੇ ਤੁਸੀਂ ਵੇਖਣਾ ਉਸ ਮਕਰੰਦ ਵਾਲੇ ਵਿਚਕਾਰਲੇ ਭਾਗ ਉਤੇ ਆ ਕੇ ਬੈਠੇਗਾ, ਕਿਉਂਕਿ ਉਥੋਂ ਹੀ ਸਾਰਾ ਇਕੱਠਾ ਹੋਇਆ ਰਸ ਬਾਕੀ ਪੰਖੜੀਆਂ ਨੂੰ ਪਹੁੰਚਦਾ ਹੈ। ਤੋ ਬਾਣੀ ਦੇ ਉਹ ਵਿਚਾਰਵਾਨ ਕਿਆ ਕਰਦੇ ਹਨ ਕਿ ਜੋ ਗੁਰੂ ਪਾਤਸ਼ਾਹ ਜੀ ਦਾ ਸ਼ਬਦ ਹੈ ਉਹ ਆਪਣੇ ਆਪ ਵਿਚ ਇਕ ਖਿੜੇ ਹੋਏ ਫੁੱਲ ਦੀ ਨਿਆਈ ਹੈ ਜਿਹੜਾ ਸਾਨੂੰ ਜੀਵਨ ਸੁਗੰਧ ਬਖਸ਼ਦਾ ਹੈ। ਔਰ ਜੇਕਰ ਉਸ ਵਿਚ ਰਹਾਓ ਵਾਲਾ ਬੰਦ ਹੋਵੇ ਤਾਂ ਉਹ ਇਕ ਮਕਰੰਦ ਦੀ ਨਿਆਈ ਹੈ ਵੀ ਜੋ ਉਸ ਵਿਚ ਖਿਆਲ ਪ੍ਰਗਟ ਕੀਤਾ ਮਹਾਰਾਜ ਨੇ ਉਸੇ ਨੂੰ ਐਕਸਪਲੇਨ ਕੀਤਾ ਬਾਕੀ ਸਾਰੇ ਬੰਦ ਜਿਹੜੇ ਹਨ ਪਹਿਲਾਂ ਆਉਣ ਵਾਲੇ ਮਗਰੋਂ ਆਉਣ ਵਾਲੇ। ਔਰ ਬਹੁਤਾਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਉਹ ਨੇ ਜਿਨ੍ਹਾਂ ਚ ਇਕ ਵਾਰ ਰਹਾਓ ਦਾ ਬੰਦ ਆਉਂਦਾ, ਕੁਝ ਵਿਸ਼ੇਸ਼ ਬਾਣੀਆਂ ਵੀ ਨੇ ਜਿਨ੍ਹਾਂ ਵਿਚ ਰਹਾਓ ਦਾ ਬੰਦ ਨਿਰੰਤਰ ਆਉਂਦਾ, ਕੁਝ ਵਾਰਾਂ ਵਿਚ ਆਉਂਦਾ, ਕੁਝ ਐਸੇ ਸ਼ਬਦ ਨੇ ਜਿਨ੍ਹਾਂ ਚ ਰਹਾਓ ਦਾ ਬੰਦ ਦੋ ਵਾਰ, ਤਿੰਨ ਵਾਰ ਜਾਂ ਚਾਰ ਵਾਰ ਤੱਕ ਵੀ ਆਉਂਦਾ, ਤੇ ਕੁਝ ਕੁ ਗਿਣਤੀ ਦੇ ਚੋਣਵੇਂ ਸ਼ਬਦ ਹਨ ਜਿਨ੍ਹਾਂ ਵਿਚ ਰਹਾਓ ਦਾ ਬੰਦ ਮੌਜੂਦ ਨਹੀਂ। ਉਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਨੇ ਉਹ ਇਕ ਲੜੀਵਾਰ ਵਿਚਾਰ ਜਿਹੜਾ ਆਰੰਭ ਹੋ ਜਾਂਦਾ ਤੇ ਸਮਾਪਤੀ ਅਖੀਰ ਉੱਤੇ ਜਾ ਕੇ ਹੋ ਜਾਂਦੀ। ਇਹ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਦੇਣ ਦਾ ਇਕ ਢੰਗ ਹੈ। ਕਈ ਜਗ੍ਹਾ ਤੇ ਐਸਾ ਹੋਇਆ ਦੋ ਰਹਾਓ ਦੇ ਬੰਦ ਨੇ, ਪਹਿਲੇ ਵਿਚ ਸਵਾਲ ਕੀਤਾ ਗਿਆ ਤੇ ਦੂਸਰੇ ਵਿਚ ਉਹਦਾ ਅਨਸਰ ਜਵਾਬ ਦੇ ਦਿੱਤਾ ਗਿਆ। ਬਾਕੀ ਉਸ ਸਵਾਲ ਦੀ ਵਿਆਖਿਆ ਵਿਚ ਤੇ ਉਸ ਜਵਾਬ ਦੀ ਵਿਆਖਿਆ ਵਿਚ ਪੰਕਤੀਆਂ ਜਿਹੜੀਆਂ ਸਾਨੂੰ ਪਾਤਸ਼ਾਹ ਨੇ ਰਚੀਆਂ। ਤੋ ਇਹ ਗੁਰੂ ਸਾਹਿਬ ਜੀ ਦੀ ਬਾਣੀ ਦੀ ਅੰਦਰੂਨੀ ਬਣਤਰ ਨਾਲ ਸੰਬੰਧਿਤ ਵਿਚਾਰ ਹਨ। ਸਤਿਗੁਰੂ ਪਾਤਸ਼ਾਹ ਇਸ ਰਹਾਓ ਦੇ ਬੰਦ ਵਿਚ ਰਹਿਮਤ ਕਰਦੇ ਹਨ। ਹਜ਼ੂਰ ਕਹਿੰਦੇ ਹਿਰਦੈ ਜਪਨੀ ਜਪਉ ਗੁਣ ਤਾਸਾ। ਹਿਰਦੈ ਦਾ ਭਾਵ ਹੈ ਆਪਣੇ ਹਿਰਦੇ ਵਿਚ, ਹੁਣ ਜਪਨੀ ਦਾ ਭਾਵ ਹੈ ਮਾਲਾ, ਜਿਸ ਨੂੰ ਮੈਂ ਆਪਣੇ ਹਿਰਦੇ ਵਿਚ ਜਪਨੀ ਮਾਲਾ ਫੇਰਦਾ ਹਾਂ। ਜਪੋ ਦਾ ਭਾਵ ਹੁੰਦਾ ਹੈ ਦ੍ਰਿੜ ਕਰਦਾ ਹਾਂ। ਇਸ ਬਾਰੇ ਕੋਈ ਇਕ ਟੱਕ ਨਿਰਣਾ ਅਜੇ ਤੱਕ ਨਹੀਂ ਹੋ ਪਾਇਆ ਕਿ ਮਾਲਾ ਦੀ ਕਾਢ ਦੇ ਪਿੱਛੇ ਉਨ੍ਹਾਂ ਪੁਰਾਤਨ ਲੋਕਾਂ ਦਾ ਕੀ ਭਾਵ ਹੋ ਸਕਦਾ ਸੀ। ਕਿਸੇ ਨੇ ਇਸ ਨੂੰ ਦ੍ਰਿੜ ਕਰਨ ਦਾ ਜ਼ਰੀਆ ਦੱਸਿਆ, ਕਿਸੇ ਨੇ ਇਹਨੂੰ ਅਭਿਆਸ ਕਰਨ ਦਾ ਢੰਗ ਦੱਸਿਆ, ਕਿਸੇ ਨੇ ਇਹਨੂੰ ਯਾਦ ਸ਼ਕਤੀ ਵਧਾਉਣ ਦਾ ਤਰੀਕਾ ਦੱਸਿਆ, ਤੇ ਕਿਸੇ ਨੇ ਇਸ ਨੂੰ ਇਕ ਸਿੱਧ ਪੱਧਰਾ ਮਨੁੱਖ ਦੀ ਸੁਰਤ ਦਾ ਵਹਾਅ ਇਕ ਪਾਸੇ ਮੋੜਨ ਵਾਸਤੇ ਇਕ ਪ੍ਰੈਕਟਿਸ, ਉਹਨੂੰ ਵੀ ਅਭਿਆਸ ਹੀ ਕਹਿ ਲਓ, ਇਹਨੂੰ ਇਕ ਜ਼ਰੀਆ ਮਾਤਰ ਬਿਆਨ ਕੀਤਾ। ਜਿਸ ਵੇਲੇ ਗੁਰੂ ਮਹਾਰਾਜ ਨੇ ਆਪਣੇ ਪਿਆਰਿਆਂ ਨੂੰ ਬਾਣੀ ਦੀ ਦਾਤ ਰਹਿਮਤ ਕਰਕੇ ਬਖਸ਼ੀ ਤੇ ਬਾਣੀ ਨੂੰ ਸਤਿਗੁਰਾਂ ਨੇ ਕੇਂਦਰ ਬਿੰਦੂ ਬਣਾਇਆ ਕਿ ਇੱਥੋਂ ਹੀ ਇਹਦੇ ਮੁਤਾਬਕ ਪ੍ਰੈਕਟਿਸ ਕਰਦੇ ਹੀ ਤੁਸੀਂ ਧਰਮ ਨੂੰ ਆਟੋਮੈਟਿਕਲੀ ਸਹਿਜ ਸੁਭਾਵਕ ਹੀ ਕਮਾ ਲਵੋਗੇ। ਇੱਕ ਚੀਜ਼ ਹੁੰਦੀ ਹੈ ਵੀ ਜਦੋਂ ਅਸੀਂ ਕਿਸੇ ਚੀਜ਼ ਨੂੰ ਸਾਧਨ ਬਣਾਉਂਦੇ ਹਾਂ ਤਾਂ ਇਹ ਵੀ ਵੇਖਣ ਵਾਲਾ ਨੁਕਤਾ ਜ਼ਰੂਰੀ ਵੀ ਉਹ ਸਾਧਨ ਵਰਤਦਿਆਂ ਹੋਇਆਂ ਅਸੀਂ ਕਿਤੇ ਉਸ ਸਾਧਨ ਉੱਤੇ ਹੀ ਡਿਪੈਂਡ ਤੇ ਨਹੀਂ ਹੋ ਜਾਂਦੇ। ਜਿਵੇਂ ਕੋਈ ਬੰਦਾ ਮੀਲ ਪੱਥਰ ਨੂੰ ਫੜ ਕੇ ਬੈਠ ਜਾਂਦਾ, ਹੁਣ ਮੀਲ ਪੱਥਰ ਉੱਤੇ ਲਿਖੇ ਹੋਏ ਕਿਲੋਮੀਟਰ ਜਿਹੜੇ ਹਨ
ਉਹ ਤੁਹਾਨੂੰ ਸੰਕੇਤ ਕਰਦੇ ਨੇ ਵੀ ਤੁਸੀਂ ਕਿੱਥੇ ਨੂੰ ਜਾ ਰਹੇ ਹੋ ਤੇ ਇਹ ਰਸਤਾ ਇੱਥੋਂ ਕਿਧਰ ਨੂੰ ਜਾ ਰਿਹਾ ਤੇ ਤੁਹਾਡੀ ਮੰਜ਼ਿਲ ਉਹ ਸ਼ਹਿਰ ਇੱਥੋਂ ਕਿੰਨੇ ਕਿਲੋਮੀਟਰ ਹੈ। ਉਹ ਮੀਲ ਪੱਥਰ ਆਪਣੇ ਆਪ ਵਿੱਚ ਮੰਜ਼ਿਲ ਨਹੀਂ ਬਣ ਸਕਦਾ। ਦੁਨੀਆਂ ਦੇ ਪੁਰਾਤਨ ਤਮਾਮ ਜਿਤਨੇ ਵੀ ਕਰਮ ਦੱਸੇ ਅਪਣਾਏ ਔਰ ਨੀਯਤ ਕੀਤੇ ਗਏ ਸਭਨਾਂ ਨਾਲ ਸਮਾਂ ਪਾ ਕੇ ਇਹੋ ਹੀ ਹਾਲ ਹੋ ਜਾਂਦਾ ਹੈ। ਲੋਕ ਉਸ ਮੀਲ ਪੱਥਰ ਨੂੰ ਪਕੜ ਕੇ ਬੈਠ ਜਾਂਦੇ ਨੇ, ਨਾ ਪਛਾਂਹ ਮੁੜਦੇ ਨੇ ਨਾ ਅਗਾਂਹ ਤੁਰਦੇ ਨੇ, ਔਰ ਆਪਣਾ ਸਾਰੇ ਦਾ ਸਾਰਾ ਆਰਗੂਮੈਂਟ, ਗਿਆਨ, ਕਮਾਈ, ਮਿਹਨਤ, ਜਿੰਨਾ ਵੀ ਸਟਰਗਲ ਤੇ ਸੰਘਰਸ਼ ਹੈ ਉਸ ਮੀਲ ਪੱਥਰ ਵਾਸਤੇ ਕਰਦੇ ਰਹਿੰਦੇ ਨੇ। ਇੱਕ ਉਦਾਹਰਣ ਦਿਆਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ, ਕਬੀਰ ਸਾਹਿਬ ਜੀ ਦੇ ਸ਼ਬਦ ਵਿੱਚ, ਖਿਮਾ ਕਰਨਾ ਭਗਤ ਰਵਿਦਾਸ ਜੀ ਦੇ ਸ਼ਬਦ ਵਿੱਚ। ਉਹ ਕਹਿੰਦੇ ਨੇ ਤੁਸੀਂ ਕਦੇ ਵੇਖੋ ਇੱਕ ਦਰਖਤ ਨੂੰ ਸਭ ਤੋਂ ਪਹਿਲਾਂ ਫੁੱਲ ਲੱਗਦੇ ਨੇ, ਉਹ ਫੁੱਲ ਅਗਾਂਹ ਸਫ਼ਰ ਤੈਅ ਕਰਦੇ ਨੇ ਤੇ ਫਲ ਬਣ ਜਾਂਦੇ ਨੇ। ਜਦੋਂ ਫਲ ਬਣ ਜਾਂਦੇ ਨੇ ਤੇ ਉਸ ਵੇਲੇ ਫੁੱਲ ਜਿਹੜਾ ਉਹਦੀ ਹੋਂਦ ਅਲੋਪ ਹੋ ਜਾਂਦੀ ਹੈ। ਦੂਸਰੀ ਉਦਾਹਰਣ ਉਹਨਾਂ ਨੇ ਹੋਰ ਦਿੱਤੀ, ਕਹਿਣ ਲੱਗੇ ਵੀ ਜਿਵੇਂ ਇੱਕ ਸਵਾਣੀ ਘਰ ਦੇ ਵਿੱਚ ਦੁੱਧ ਨੂੰ ਜਾਗ ਲਾਉਂਦੀ ਹੈ ਤੇ ਉਹ ਦਹੀਂ ਬਣ ਜਾਂਦਾ ਹੈ, ਤੇ ਦਹੀਂ ਬਣਾ ਕੇ ਫਿਰ ਉਸ ਨੂੰ ਇੱਕ ਪੂਰੀ ਪ੍ਰੋਸੈਸ ਵਿੱਚੋਂ ਨਿਕਲਣਾ ਪੈਂਦਾ ਹੈ। ਦਹੀਂ ਬਣਨ ਤੋਂ ਬਾਅਦ ਫਿਰ ਉਹਨੂੰ ਰਿੜਕਿਆ ਜਾਂਦਾ ਹੈ ਤੇ ਦਹੀਂ ਦਾ ਰੂਪ ਵੱਟ ਜਾਂਦਾ ਹੈ ਜਦੋਂ ਉਹਨੂੰ ਰਿੜਕ ਲਿਆ ਜਾਏ, ਜਾਂ ਤਾਂ ਉਹ ਲੱਸੀ ਛਾਸ਼ ਬਾਕੀ ਰਹਿ ਜਾਂਦੀ ਹੈ ਤੇ ਉਸ ਵਿੱਚੋਂ ਮੱਖਣ ਨਿਕਲ ਜਾਂਦਾ ਹੈ। ਉਹ ਦੁਬਾਰਾ ਦਹੀਂ ਦੇ ਵਜੂਦ ਵਿੱਚ ਨਹੀਂ ਆ ਸਕਦਾ ਕਿਸੇ ਵੀ ਹਾਲਤ ਵਿੱਚ। ਜਿਵੇਂ ਫਲ ਜਿਹੜਾ ਉਹ ਫੁੱਲ ਦੇ ਵਜੂਦ ਵਿੱਚ ਵਾਪਸ ਨਹੀਂ ਪਰਤ ਸਕਦਾ, ਇਸੇ ਤਰ੍ਹਾਂ ਉਹ ਇੱਕ ਪ੍ਰੋਸੈਸ ਹੈ ਕਿ ਫੁੱਲ ਤੋਂ ਹੀ ਫਲ ਬਣਨਾ ਤੇ ਦਹੀਂ ਤੋਂ ਹੀ ਗਾਂ ਮੱਖਣ ਨਿਕਲਣਾ। ਠੀਕ ਇਸੇ ਢੰਗ ਦੇ ਨਾਲ ਉਹਨਾਂ ਨੇ ਕਿਹਾ ਬਾਣੀ ਦੇ ਅੰਦਰ, ਫਲ ਕਾਰਨ ਫੁੱਲੀ ਬਨਰਾਏ, ਫਲ ਲਾਗਾ ਤਬ ਫੂਲ ਬਿਲਾਏ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ਼, ਕ੍ਰਿਤ ਕਾਰਨ ਦਦ ਮਥੈ ਸਿਆਨ, ਜੀਵਨ ਮੁਕਤ ਸਦਾ ਨਿਰਵਾਨ। ਕਰਮ ਦੀ ਮਹੱਤਤਾ ਹੁੰਦੀ ਹੈ, ਮਰਿਆਦਾ ਦੀ ਮਹੱਤਤਾ ਹੁੰਦੀ ਹੈ, ਪਰ ਜੇ ਉਹ ਕਰਮ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਲੈ ਕੇ ਜਾਂਦਾ ਤਾਂ ਨਹੀਂ ਤੇ ਕਰਮ ਖੋਖਲਾ। ਉਹੀ ਕਰਮ ਕਰਮ ਕਾਂਡ ਬਣਦਾ ਜਿਸ ਵਿੱਚੋਂ ਕੋਈ ਮੰਜ਼ਿਲ ਹੀ ਨਾ ਨਿਕਲੇ। ਯਾਦ ਰੱਖਣਾ, ਕਰਮ ਕਾਂਡ ਦੀ ਕੋਈ ਸਿੱਧ ਪੱਧਰੀ ਡੈਫੀਨੇਸ਼ਨ ਨਹੀਂ ਦਿੱਤੀ ਜਾ ਸਕਦੀ, ਪਰ ਜਿਹੜਾ ਕਰਮ ਕਾਂਡ, ਉਹ ਕਰਮ ਜਿਸ ਵਿੱਚੋਂ ਤੁਹਾਡੇ ਜੀਵਨ ਲਈ ਕੋਈ ਚੰਗਾ ਰਿਜ਼ਲਟ ਨਿਕਲ ਹੀ ਨਹੀਂ ਸਕਿਆ ਜਾਂ ਤੁਸੀਂ ਕੱਢ ਨਹੀਂ ਸਕੇ, ਉਹ ਤੁਹਾਡੇ ਲਈ ਕਰਮ ਕਾਂਡ ਹੀ ਹੈ। ਤੇ ਮੁਆਫ ਕਰਨਾ, ਜੇ ਮੈਂ ਆਪਣੀ ਜ਼ਬਾਨ ਤੋਂ ਕਹਾਂ ਰੱਬ ਰੱਬ ਰੱਬ, ਅਕਾਲ ਪੁਰਖ ਅਕਾਲ ਪੁਰਖ, ਇਹ ਵੀ ਕਹੀ ਜਾਵਾਂ ਨਾ, ਜੇ ਮੇਰੀ ਸੁਰਤ ਦਾ ਵਹਾ, ਜੇ ਮੇਰਾ ਅੰਤਰ ਆਤਮਾ ਉਹਦੀ ਹੋਂਦ ਨੂੰ ਕਬੂਲ ਤੇ ਪ੍ਰਵਾਨ ਹੀ ਨਹੀਂ ਕਰਦਾ। ਤੇ ਬਾਣੀ ਨੇ ਇਹਦੇ ਉੱਤੇ ਵੀ ਕਟਾਕਸ਼ ਕਰ ਦਿੱਤਾ, ਹਾਲਾਂਕਿ ਬਾਹਰੀ ਰੂਪ ਵਿੱਚ ਕੋਈ ਇਹ ਨਹੀਂ ਕਹਿਣਾ ਚਾਹੇਗਾ ਵੀ ਜਿਹੜਾ ਬੰਦਾ ਜ਼ਬਾਨ ਤੋਂ ਰੱਬ ਰੱਬ ਕਰਦਾ ਵੀ ਉਹ ਗਲਤ ਕਹਿੰਦਾ। ਗੁਰੂ ਨੇ ਵੀ ਉਹਨੂੰ ਇਸ ਕਰਕੇ ਗਲਤ ਨਹੀਂ ਕਿਹਾ ਵੀ ਉਹ ਕਿਉਂ ਕਹਿੰਦਾ। ਗੁਰੂ ਨੇ ਉੱਥੇ ਜਾ ਕੇ ਉਸ ਉੱਤੇ ਕਟਾਕਸ਼ ਕੀਤਾ ਜਿੱਥੇ ਗੁਰੂ ਮਹਾਰਾਜ ਬਾਣੀ ਦੇ ਵਿੱਚ ਆਖਦੇ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਅਗੰਮ ਅਗੋਚਰ ਅਤ ਵੱਡਾ, ਅਤੁੱਲ ਨਾ ਤੁਲਿਆ ਜਾਏ। ਇੱਕ ਜਗ੍ਹਾ ਤੇ ਇਹ ਕਿਹਾ ਮੁਖੋਂ ਹਰ ਹਰ ਸਭ ਕੋ ਕਹੈ, ਵਿਰਲੈ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿੰਨ ਪਾਇਆ। ਹੁਣ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜਿਤਨੇ ਵੀ ਐਸੇ ਵਿਚਾਰ ਆਉਣਗੇ ਉਹਨਾਂ ਦਾ ਕੋਈ ਬੇਸ ਹੈ ਵੀ ਸਤਿਗੁਰੂ ਮਹਾਰਾਜ ਜ਼ਿਕਰ ਕਰਦੇ ਜਿਹੜਾ ਰਸਤਾ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਹੀ ਨਹੀਂ ਲੈ ਕੇ ਜਾ ਰਿਹਾ, ਇਹਦਾ ਮਤਲਬ ਉਹ ਜਿਹੜਾ ਰਾਹ ਹੈ ਉਹ ਸਹੀ ਰਸਤਾ ਨਹੀਂ, ਉਹ ਕੁਰਾਹ ਹੈ। ਕੁਰਾਹ ਉਹ ਜਿਹੜਾ ਰਾਹ, ਗਲਤ ਰਾਹ ਉਸੇ ਨੂੰ ਹੀ ਕਹਿੰਦੇ ਹਾਂ ਜਿਸ ਉੱਤੇ ਤੁਰੇ ਵੀ ਜਾਈਏ ਤੇ ਮੰਜ਼ਿਲ ਨਾ ਮਿਲ ਸਕੇ, ਅਸੀਂ ਟਿਕਾਣੇ ਤੇ ਹੀ ਨਾ ਪਹੁੰਚ ਸਕੀਏ। ਸਫ਼ਰ ਜਿੰਨਾ ਮਰਜ਼ੀ ਕਰ ਲਓ ਤੇ ਸਫ਼ਰ ਦੀ ਕੀਮਤ ਕੋਈ ਨਹੀਂ ਪੈਂਦੀ। ਸਫ਼ਰ ਦੀ ਕੀਮਤ ਉਸ ਰਾਹ ਤੇ ਪੈਂਦੀ ਹੈ ਜਿਹੜਾ ਤੁਹਾਨੂੰ ਤੁਹਾਡੇ ਟਿਕਾਣੇ ਤੇ ਪਹੁੰਚਾ ਦਿੰਦਾ। ਜਿਸ ਸਫ਼ਰ ਤੇ ਤੁਰ ਕੇ ਮੰਜ਼ਿਲ ਨਾ ਮਿਲੇ ਉਹਦੀ ਕੋਈ ਕੀਮਤ ਨਹੀਂ, ਭਾਵੇਂ ਤੁਸੀਂ ਸਾਰੀ ਉਮਰ ਹੀ ਤੁਰਦੇ ਰਹੋ, ਸਾਰੀ ਜ਼ਿੰਦਗੀ ਤੁਰਦੇ ਰਹੋ। ਇਹ ਅੰਤਰ ਹਨ ਬਹੁਤ ਵੱਡੇ। ਤਾਂ ਗੁਰੂ ਪਾਤਸ਼ਾਹ ਮਹਾਰਾਜ ਆਪਣੀ ਮੁਬਾਰਕ ਬਾਣੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਸ ਵੇਲੇ ਖੰਡਨ ਕਰਦੇ ਹਨ ਜਾਂ ਨਵੀਂ ਜੁਗਤ ਦੱਸਦੇ ਹਨ ਤਾਂ ਉਹਦੇ ਪਿੱਛੇ ਇਹੀ ਸਭ ਤੋਂ ਵੱਡਾ ਭੇਤ ਹੈ। ਗੁਰੂ ਮਹਾਰਾਜ ਨੇ ਜਾਣਿਆ ਵੀ ਜਿਸ ਕਰਮ ਵਿੱਚੋਂ
मनुखी जीवन की ओदी आत्मा की मन की हिरदे की सुरत ते कर्म की पढ़ाई नहीं निकल सकती, वह बेफायदा ने, व्यर्थ ने, वह भावे कोई भी कर रहा हो। उथे गुरु महाराज ने किसी खास वर्ग न किसी खास मनुख न, गुरु अमरदास महाराज जी का असी जिक्र कर रहे सी कि उन्हां दी मुबारक बाणी विच तीरथ नहाउण दा खंडन आया, वो खुद नहाते ने, यह नहीं कि उन्हां किसी खास वर्ग नूं आखे, पहलों वो भी नहाते ने। यह उन्हां दी जिंदगी दा एक डूंगा तजर्बा है। फिर उन्हां जो शब्द की बरकत दृढ़ कराई अपनी बाणी दे विच, यह भी उन्हां दे तजर्बे चों गल निकल रही है कि हां आ रस्ता गलत है, आ रस्ता सही है। मन हठ की गल सब तो वधेरे गुरु अमरदास महाराज ने अपनी बाणी विच कीती। हुण मन हठ उन्होंने पहला करके वेखे ने, ते उन्होंने इस गल नूं भली भांत जाने अपने जीवन दे इस तजर्बे विचों बहुत लमेरा समा इस गल उते ला के भी मन हठ दे राही कोई भी उस मंजिल ते नहीं पहुंच सकता जिहड़ी असीं धर्म दे राह दे उते तुरदे आ मिथदे आ। मन हठ तुहानूं उत्थे लै के जा ही नहीं सकता, इहदी कमी है। इस थ्यूरी विच बहुत वड्डा अड़िका ते प्रॉब्लम है। यह थ्यूरी तुहाडे अंदर खिज पैदा करदी है। मन हठ करन वाला मनुख खिजेगा, एक वर्ग बना के बैठे, जदों उहदे कर्मां दी गिणती वध जाएगी वह दूसरे नालों कट्टिया जाएगा। जिहड़े नहीं करदे वह उहदी नज़र दे विच नीच नीवें ते बी क्लास दे बन के रह जाणगे। वह जिन्ने कर्म करदा जाएगा उहदे अंदर जिसनूं गुरु ग्रंथ साहिब महाराज कहिंदे ने कर्म करे तो बंधा अंदर का बंधन बजता जाता है। अधिक अहूं बुद्ध बंधे, बड़िया ऐसिया वह उलझना ने जिन्हों का जिक्र गुरु साहब करते ना, मानसिक तौर पर आत्मक तौर पर जोड़े बंधन वह क्रिएट होंगे ने, वह बनते हैं, उन्होंने बंधना विच जीव फसद तो जान लेना चाहिए। वह एक रोगी बन जाता है, आत्मक तौर पर रोग अपने पल्ले पा लैंदा है। जिवें असीं कोई भी किसी तरह का कर्म दुनिया विच करदे आ, खुराक खांदे आ, उहदे उत्ते बहुत कुछ डिपेंड करदा है। साडी बॉडी उसे हिसाब नाल रोगी भी हुंदी है, तंदुरुस्त भी हुंदी है। तो साडियां सोचां साडे कर्म ते जिहड़ी फिलोसफी नूं असीं एक्सेप्ट करदे उहदे विच कुछ ना कुछ ऐसा वापर जांदा है, ऊंच नीच हो जांदी है जिहड़ी साडे मन ते आत्मा नूं रोगी करदी है। इन्हां गुरु साहब ने बंधन भी आख्या, रोग भी आख्या। उस रोग दे उत्ते जाके गुरु महाराज बाणी विच कहिंदे ने भी मेरा बैद गुरु गोबिंदा, हर हर नाम औखद मुख देवै कट है। किड्डी अजीब गल है, असीं गुरु नूं दुनिया दे एक आम डॉक्टर दे पद्धर उत्ते रख के ते गुरुद्वारे नूं एक क्लीनिक ही बना देना चाहुंदे हां, हैरानी हुंदी है। ये ठीक है भी जो गुरु पातशाह दस रहे उहदे चों बहुत कुछ निकलदा है, जीवन दे भले लई, संतुष्टी लई, मन ते आत्मा दे सकून लई, ते उहदा रिजल्ट कर्म करके ते बॉडी करके तां होना ही होना है। पर जे तुसीं केवल एक विषय उत्ते ही सोची जावो ते इहदा मतलब यह है भी केवल जिवें कोई डॉक्टरी की डिग्री लै लवे, मेहनत करदा है, कुछ साल पढ़ाई करदा है, फिर तजर्बा कर लैंदा। जे गुरु नूं उसे पद्धर उत्ते ही रख के वेखो ते गुरु दा निरंकारी सरूप जिहड़ा है वह छिन्न भिन्न हो जाता है। जदों के गुरु का जो रूप ते स्टेटस है वह तो बाणी दे विच सतगुरां ने कहा गुरमह आप रखिया करतारे, गुरमुख कोट असंख उधारे, गुरमह आप समोए शब्द वरताया, सतगुर विच आप रख्योन कर प्रगट आख सुनाया। सतगुरु पातशाह जी जदों बाणी दे विच इह गल कहिंदे हन गुर परमेशर एको जान, गुर पूरा मेरा गुर पूरा, राम नाम जप सदा सुहेले, सगल बिनाशे रोग पूरा। तो सतगुरु जी जिस वेले सानू कर्म की गल समझाउंदे ने, कर्म नूं ही पातशाह ने बाणी दे विच बंधन भी आख्या, जी का बंधन कर्म व्याप है। हुण इह जो बचन ने साडे सन्मुख, सो इसे चीज विच हुण गुरु साहब इथे जिस माला दा जिक्र कर रहे ने आपां उस पासे परतीए। एक थां ते महाराज ने बाणी दे विच कहा हर हर अखर दोए ए माला, एक जगह ते इह भी बचन कहा कबीर जपनी काठ की क्या दिखलावे लोए हिरदय राम। आम तौर ते असीं धार्मिक धर्मी होण दी निशानी इह मिथले भी कुछ एक्सट्रा चीजां साडे कोल होण आम जन सधारण बंदे नालों, तां उहदे नाल इक संकेत जां मैसेज जां चलिया जांदा है कि यह बंदा जरूर धार्मिक है।
ਭਾਵੇਂ ਨਾ ਉਹਦੇ ਕਰਮ, ਉਹਦਾ ਸੁਭਾਅ, ਉਹਦੀ ਨੇਚਰ, ਉਹਦਾ ਜੀਵਨ ਪੱਧਰ ਭਾਵੇਂ ਧਾਰਮਿਕ ਨਾ ਵੀ ਹੋਵੇ, ਇਹ ਤੋਂ ਬਹੁਤ ਵੱਡੀ ਗੁੰਮਰਾਹੀ ਸ਼ੁਰੂ ਹੁੰਦੀ ਹੈ। ਜਦੋਂ ਤੁਸੀਂ ਕੇਵਲ ਬਾਹਰ ਦੀਆਂ ਕੁਝ ਨਿਸ਼ਾਨੀਆਂ ਨਾਲ ਹੀ ਕਿਸੇ ਬੰਦੇ ਨੂੰ ਮਿਥ ਲਿਆ ਵੀ ਇਹ ਧਾਰਮਿਕ ਹੈ, ਹਾਲਾਂਕਿ ਭਾਵੇਂ ਉਸਨੇ ਅਜੇ ਸਟਾਰਟ ਹੀ ਕੀਤਾ ਹੋਵੇ ਕੰਮ, ਪਰ ਤੁਸੀਂ ਮਿਥ ਲਿਆ, ਉਹਦਾ ਇੱਕ ਪ੍ਰਭਾਵ ਓਵਰਆਲ ਲੋਕਾਂ ਉੱਤੇ ਪੈ ਗਿਆ। ਜਦੋਂ ਐਸੇ ਬੰਦੇ ਨੂੰ ਕਿਧਰੇ ਜਨ ਸਧਾਰਨ ਵਾਲੀ ਗਲਤੀ ਕਰਦਿਆਂ ਹੋਇਆਂ ਕੋਈ ਤੱਕਦਾ ਤੇ ਉਹ ਕਹਿੰਦਾ ਵੇਖੋ ਜੀ ਧਰਮੀ ਧਾਰਮਿਕ ਲੋਕ ਐਵੇਂ ਕਰਦੇ ਨੇ, ਹਾਲਾਂਕਿ ਉਹਦਾ ਧਰਮ ਨਾਲ ਕੋਈ ਮਾਨਸਿਕ ਜਾਂ ਆਤਮਕ ਅਜੇ ਸੰਬੰਧ ਜੁੜਿਆ ਹੀ ਨਹੀਂ, ਪਰ ਕਿਉਂਕਿ ਉਹਨੇ ਘੋਸ਼ਿਤ ਕਰ ਲਿਆ ਆਪਣੇ ਆਪ ਨੂੰ, ਡਿਕਲੇਅਰ ਕਰ ਲਿਆ ਵੀ ਮੈਂ ਧਾਰਮਿਕ ਹਾਂ, ਤਾਂ ਉਹ ਜਿਹੜੇ ਕੁਕਰਮ ਨੇ ਉਹ ਵੀ ਧਰਮ ਦੇ ਖਾਤੇ ਬੇਸਮਝੀ ਦੇ ਨਾਲ ਪਾ ਦਿੱਤੇ ਜਾਂਦੇ ਨੇ। ਜਦੋਂ ਕਿ ਧਾਰਮਿਕ ਹੋਣ ਦਾ ਮਤਲਬ ਹੀ ਇਹ ਹੈ ਵੀ ਮਨੁੱਖ ਆਪਣੇ ਜੀਵਨ ਨੂੰ ਇਸ ਕਦਰ ਸਚਿਆਰਾ ਬਣਾਉਣ ਦੇ ਰਾਹ ਦੇ ਉੱਤੇ ਤੁਰਦਾ ਵੀ ਉਹ ਹੌਲੀ 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 ਆਪਣੇ ਅੰਦਰ ਨੂੰ ਸਵਾਰਦਾ ਸੁਧਾਰਦਾ ਹੈ। ਹਰ ਕੋ ਨਾਮ ਜਪ ਨਿਰਮਲ ਕਰਮ। ਪਰ ਭਰਮ ਜਿਹੜਾ ਬਾਹਰੀ ਰੂਪ ਵਿੱਚ, ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਐਸਾ ਪ੍ਰਸ਼ਨ ਕੀਤਾ ਗਿਆ ਸੀ ਕਿ ਤੁਹਾਡੇ ਸਰੀਰ ਉੱਤੇ ਕੋਈ ਧਾਰਮਿਕ ਚਿੰਨ੍ਹ ਨਹੀਂ, ਤਿਲਕ ਤੁਸਾਂ ਨਹੀਂ ਲਾਇਆ, ਜਨੇਊ ਤੁਸਾਂ ਨਹੀਂ ਪਹਿਨਿਆ, ਯਾਨੀ ਕਿ ਹਰ ਇੱਕ ਜਿਹੜੀ ਸੰਪਰਦਾਇ ਹੈ, ਭੇਖ ਹੈ, ਇੱਕ ਗਰੁੱਪ ਹੈ ਕੋਈ ਵੀ ਸਾਧੂਆਂ ਦਾ ਹੋਵੇ, ਸੰਨਿਆਸੀ ਨੇ ਉਹਦੇ ਵਿੱਚ, ਸੰਨਿਆਸੀਆਂ ਦੇ ਅਗਾਂਹ 10 ਫਿਰਕੇ ਨੇ, ਜੋਗੀ ਨੇ ਜੋਗੀਆਂ ਦੇ ਅਗਾਂਹ 12 ਪੰਥ ਨੇ, ਵੈਰਾਗੀ ਨੇ ਵੈਰਾਗੀਆਂ ਦੇ ਅੱਗੇ ਕਈ ਗਰੁੱਪ ਨੇ, ਉਦਾਸੀ ਨੇ ਉਦਾਸੀਆਂ ਦੇ ਕਈ ਭੇਦ ਨੇ, ਤੇ ਹਰ ਇੱਕ ਨੇ ਆਪਣੀ ਆਪਣੀ ਇੱਕ ਕੁਝ ਚੀਜ਼ਾਂ ਬਾਹਰੋਂ ਨਿਰਧਾਰਿਤ ਕੀਤੀਆਂ ਨੇ ਵੀ ਆਹ ਪਹਿਨਣੀਆਂ ਜ਼ਰੂਰੀ ਨੇ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਜਨ ਸਾਧਾਰਨ ਵਸਤਰਾਂ ਵਿੱਚ ਉਹ ਹੋਈ, ਉਹ ਖਾਸਮ ਖਾਸ ਨਹੀਂ, ਜੋ ਕੁਦਰਤ ਨੇ ਸਰੂਪ ਦਿੱਤਾ ਉਹ ਤਾਂ ਕਾਇਮ ਰਹਿਣਾ ਹੀ ਰਹਿਣਾ, ਬਸ ਵਸਤਰ ਗੇਰੂਏ ਰੰਗ ਦੇ ਪਾਏ ਨੇ, ਹੋਰ ਕੋਈ ਨਿਸ਼ਾਨੀ ਨਹੀਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਜਿਸ ਵੇਲੇ ਪੁੱਛਿਆ ਜਾਂਦਾ ਵੀ ਤੂੰ ਤੁਹਾਡਾ ਇਹ ਸਾਰੇ ਲਿਬਾਸ ਕਿੱਥੇ ਹੈ, ਤੁਹਾਡਾ ਇਹ ਸਾਰਾ ਕੁਝ ਕਿੱਥੇ ਹੈ, ਤਾਂ ਉੱਥੇ ਗੁਰੂ ਪਾਤਸ਼ਾਹ ਜੀ ਇੱਕ ਉੱਤਰ ਦਿੰਦੇ ਨੇ, ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਮਹਾਰਾਜ ਕਹਿੰਦੇ ਨੇ ਹੁਣ ਕਿਉਂਕਿ ਗੁਰੂ ਪਾਤਸ਼ਾਹ ਇਸ ਗੱਲ ਨੂੰ ਬਿਹਤਰ ਜਾਣਦੇ ਨੇ, ਜਦੋਂ ਖੇਤੀ ਕਰੀਏ ਜਿਹੜੀ ਕਲਰ ਵਾਲੀ ਜ਼ਮੀਨ ਹੈ ਨਾ, ਜਿਹੜੀ ਜ਼ਮੀਨ ਚ ਪਾਣੀ ਜੀਰਦਾ ਨਹੀਂ ਉਹ ਫਸਲ ਨਹੀਂ ਪੈਦਾ ਕਰ ਸਕਦੀ, ਕਿਉਂਕਿ ਪਾਣੀ ਜੀਰੇਗਾ ਉੱਥੋਂ ਕੁਝ ਉੱਗੇਗਾ, ਉਸ ਮਿੱਟੀ ਦੀ ਇਹ ਤਸੀਰ ਹੀ ਐਸੀ ਹੈ, ਪਾਣੀ ਨਹੀਂ ਜੀਰਦਾ, ਕਲਰ ਵਾਲੀ ਜ਼ਮੀਨ ਤੇ ਪਾਣੀ ਖਲੋਤਾ ਰਹਿੰਦਾ। ਆਮ ਤੌਰ ਤੇ ਜਿਹੜੇ ਛੱਪੜ ਹੁੰਦੇ ਸਨ, ਟੋਭੇ ਹੁੰਦੇ ਸਨ, ਉਹ ਕਲਰ ਵਾਲੀ ਜ਼ਮੀਨ ਤੇ ਹੀ ਬਣਦੇ ਸਨ। ਜਿਹੜੀ ਜ਼ਮੀਨ ਕਲਰ ਵਾਲੀ ਹੋਵੇ ਉਹਨੂੰ ਪਾਣੀ ਨਾਲ ਭਰੀ ਜਾਵੇ ਕੋਈ ਵੀ, ਇੱਥੇ ਫਸਲ ਪੈਦਾ ਹੋ ਜਾਏ, ਕੁਝ ਨਹੀਂ ਹੋਏਗਾ, ਉਹ ਤਾਂ ਐਵੇਂ ਅਜਾਈ ਮਿਹਨਤ ਕਰਨ ਵਾਲੀ ਗੱਲ ਹੈ। ਕੈਮੀਕਲ ਆਏ, ਬੜੀਆਂ ਮਿਹਨਤਾਂ ਕੀਤੀਆਂ ਕਿਸਾਨਾਂ ਜ਼ਿਮੀਦਾਰਾਂ ਨੇ ਔਰ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਨੇ, ਬੜੀ ਘਾਲਣਾ ਤੋਂ ਬਾਅਦ ਉਹਨਾਂ ਕਲਰ ਵਾਲੀਆਂ ਬਹੁਤ ਕਈ ਕਿਲੋਮੀਟਰਾਂ ਤੇ ਮੀਲਾਂ ਤੱਕ ਫੈਲੀਆਂ ਹੋਈਆਂ ਜ਼ਮੀਨਾਂ ਨੂੰ ਸਵਾਰਿਆ ਸੁਧਾਰਿਆ ਤੇ ਉਹ ਫਸਲ ਦੇਣ ਦੇ ਯੋਗ ਹੋਈਆਂ। ਪਰ ਪਹਿਲਾਂ ਕਲਰ ਵਾਲੀ ਜ਼ਮੀਨ ਨੂੰ ਅਜਾਈ ਲੋਕ ਮੰਨਦੇ ਸਨ ਵੀ ਇਹਦਾ ਫਾਇਦਾ ਹੀ ਕੁਝ ਨਹੀਂ, ਤੁਹਾਡੇ ਕੋਲ 1000 ਏਕੜ ਵੀ ਹੋਵੇ ਚੋਂ ਤੁਸੀਂ ਕੱਢੋਗੇ ਕੀ, ਕਿਉਂਕਿ ਉਦੋਂ ਅਜੇ ਤੱਕ ਇੰਨੀਆਂ ਕਾਢਾਂ ਨਹੀਂ ਸਨ ਵੀ ਉਹ ਕਲਰ ਵਾਲੀ ਜ਼ਮੀਨ ਨੂੰ ਸਵਾਰ ਲੈਂਦੇ, ਇਸ ਕਰਕੇ ਉਹ ਅਜਾਈ ਪਈ ਰਹਿੰਦੀ ਸੀ, ਉਹਦਾ ਕੋਈ ਮੁੱਲ ਨਹੀਂ ਸੀ ਹੁੰਦਾ। ਤੇ ਉਹਨੂੰ ਕੋਈ ਸਿੰਜੀ ਜਾਏ, ਉਹਨੂੰ ਕੋਈ ਗੋਡੀ ਜਾਏ, ਉਹਨੂੰ ਕੋਈ ਵਾਹੀ ਜਾਏ, ਉਹਦੇ ਚੋਂ ਕੱਢੇਗਾ ਕੀ? ਗੁਰੂ ਪਾਤਸ਼ਾਹ ਮਹਾਰਾਜ ਉਹ ਉਦਾਹਰਣ ਦਿੰਦੇ, ਕਹਿੰਦੇ ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਕਲਰ ਵਾਲੀ ਜ਼ਮੀਨ ਨੂੰ ਸਿੰਜਦਿਆਂ ਐਵੇਂ ਵਕਤ ਸਮਾਂ ਖਰਾਬ ਕਰਨ ਵਾਲੀ ਗੱਲ ਹੈ। ਔਰ ਅਗਲੀ ਗੱਲ ਕਹੀ, ਕਾਚੀ ਢਹਿਗ ਦੀਵਾਲ ਕਾਹੇ ਗੱਚ ਲਾਵੋ। ਹੁਣ ਆਪਾਂ ਸਾਰੇ ਜਾਣਦੇ ਹਾਂ ਵੀ ਜਿਸ ਮਟੀਰੀਅਲ ਨਾਲ ਤੁਸੀਂ ਕੰਧ ਨੂੰ ਬਣਾਇਆ, ਉਸ ਕੰਧ ਨੂੰ ਕਾਇਮ ਰੱਖਣ ਲਈ ਮਟੀਰੀਅਲ ਵੀ ਉਹੋ ਜਿਹਾ ਹੀ ਚਾਹੀਦਾ। ਜਿਵੇਂ ਪੱਕੀ ਕੰਧ ਤੇ ਤੁਸੀਂ ਕੱਚੀ ਮਿੱਟੀ ਦਾ ਪਲਸਤਰ ਤੇ ਨਹੀਂ ਕਰੋਗੇ, ਤੇ ਕੱਚੀ ਮਿੱਟੀ ਦੀ ਬਣਾਈ ਹੋਈ ਕੰਧ ਉੱਤੇ ਤੁਸੀਂ ਸੀਮੈਂਟ ਦਾ ਪਲਸਤਰ ਨਹੀਂ ਕਰੋਗੇ, ਚੂਨੇ ਦਾ ਗੱਚ ਨਹੀਂ ਲਾਵੋਗੇ। ਪਾਤਸ਼ਾਹ ਕਹਿੰਦੇ ਕਾਚੀ ਢਹਿਗ ਦੀਵਾਲ, ਕੱਚੀ ਕੰਧ ਢਹਿ ਜਾਏਗੀ, ਡਿੱਗ ਪੈਣ ਵਾਲੀ ਹੈ, ਇਹਨੂੰ ਚੂਨੇ ਦੇ ਗੱਚ ਲਾਉਣ ਦਾ ਕੀ ਮਤਲਬ ਹੈ? ਮਿੱਟੀ ਦੀ ਬਣਾਈ ਹੋਈ ਕੰਧ ਉੱਤੇ ਤੁਸੀਂ ਚੂਨੇ ਦਾ ਪਲਸਤਰ ਥੋੜੀ ਕਰੋਗੇ। ਪਾਤਸ਼ਾਹ ਕਹਿੰਦੇ ਜੋ ਮੂਲ ਹੈ ਤੁਹਾਡੇ ਕੋਲ, ਫਸਲ ਪੈਦਾ ਕਰਨੀ ਹੈ ਜ਼ਮੀਨ ਨੇ, ਤੇ ਜ਼ਮੀਨ ਕਲਰ ਵਾਲੀ ਮੂਲ ਹੀ ਕਮਜ਼ੋਰ ਹੈ,
चूने का पलस्तर तुसी करना चाहते हो पर जड़ी कंध ते करना चाहते हो उहदा मूल ही कमजोर है मिट्टी की तुहाडा गच किन्ना चिर कढ़ेगा तुहाडी मेहनत उस कलर वाली जमीन चो की पैदा करेगी। तो इवें महाराज गुरु नानक साहब ने उदाहरणा दित्तियां और एक बचन उहदे विच कहा सतगुरु कहिंदे ने राम नाम जप बेड़ा बंधो। बेड़ा बंधन का भाव हुंदा है जदों कोई पातनी जिन्हों असी मलाह कह दें मलाह ने बेड़ी चलानी हुंदी है पानी च, यह एक हुनर है। ते जदों उन्हें घर जाना होवे वह बेड़ी नूं कंडे दे उत्ते लिया के उहदा संगल जां उहदा रस्सा बाहर एक किला कढ़िया हुंदा जां कुछ इहो जी चीज उहदे नाल बन के जांदा है। वह बन के तां जांदा है वी जे पानी चढ़ जाए दरिया विच ते बेड़ी जिहड़ी है उहनूं पानी वहा के रोड़ के गांह ना लै जाए, इस करके उहनूं बननी पैंदी है। हुण पातशाह कहिंदे समें दा वहिण ते लंघ रहा है, समें दे विच बड़ा कुछ वापरदा है, हर एक सिचुएशन दे विच तुसी सिचुएशन दे हिसाब नाल वहिंदे हो वग जांदे हो रुड़ जांदे हो जिहो जिहा वी माहौल। हुण तुसी अपने आप दा बैलेंस किवें कायम रखोगे, जीवन कदे एक सार नहीं रहेगा। जे आपां आखीए ना वी जिहो जिहा हुण टाइम चल रहा है इसे हालत विच इसे मनो अवस्था दे विच इसी माहौल विच इसे तरह ही असी सदा रहांगे ते नहीं, पल पल विच तब्दीली वापर रही है कुदरत विच माहौल विच साडे जीवन विच साडे मन विच साडी बॉडी विच कदे इको जिहा नहीं रहेगा। इहदा सौखा ढंग है वी जिवें दरिया दा पानी चढ़दा ते लहिंदा रहिंदा तुसी अपना बेड़ा बन्न के रखो। बेड़ा बंध ना सक्यो बंधन की वेड़ा भर सरवर जब उछलै तब तरण दुहेला। सो गरीब नवाज इत्थे कह रहे ने मैं अपने हिरदे विच जपनी माला जपदा हां पर किहदे नाम दी गुण तासा, गुणा दे घर अकाल पुरख दे गुणा दा अपने मन विच चिंतन करदा यह मेरी माला है। तो सतगुरु पातशाह बाणी दे विच आखदे ने हर अगम अगोचर अकाल पुरख अपहुंच है बुद्धि दे तल तों परे। तां उहनूं तुसीं बौद्धिक पद्धर उत्ते मुकम्मल रूप विच उहदे सरूप उहदी वडियाई उहदे हुक्म नूं दो दूनी चार वांग उहदा हल कोई नहीं कढ सकदे। कई सज्जन ऐसे भी हुंदे ने उह कहणगे जी तुसीं गुरु ग्रंथ साहिब जी दा ना संखेप विच सार दसो दो शब्दां विच, किवें हो जाएगी इह गल। तुसीं दो शब्दां ही तां केवल दो शब्द ही कह सकदे हो ना, दो शब्द ही कि इहदे च चंगे जीवन की गल कीती गई बस दैट्स ऑल। ते जे तुसी आखो भी सारा सार दो शब्दां च दस दिओ, जे इस तरह मसला हल हुंदा हुंदा तो इन्नी विशाल बाणी लिखण दी तां लोड़ ही नहीं सी, छोटा जिहा फार्मूला सी मसला हल हो जांदा। सारे जीवन दी खेड नूं तुसी दो शब्दां च परो के किवें रख दोगे। जे कोई आखे भी अपने जीवन दा तुसी 30 साल धरती ते 35 साल बतीत कीते ने नूं दो शब्दां च 35 सालां दे तजर्बे नूं बयान कर दिओ ते 35 साल थोड़े ने, किन्ना कुछ वेखिया बंदे ने, दुख वेखे सुख वेखे उतरा चढ़ा वेखे खुशी गमी वेखी डिग्या उठिया संघर्ष स्ट्रगल किया ऊच नीच वेखी, किवें कह दें दो शब्दों में 35 साल की खेड नूं हो ही नहीं सकती कहानी। तो गुरु ग्रंथ साहब विच अकाल पुरख कादर बाबत कहा गया, कुदरत बारे कहा गया, जीवन बारे कहा गया, सोसायटी बारे कहा गया, चंगे मंदे की पछाण कराई गई। तो इनू तां पढ़ के आप जाणिया जा सकदा है भी की है, पर मनुख की एक कोशिश हुंदी है ना भी वह छेती छेती ऐ रिजल्ट फड़ लवे भी दो ते दो चार हुंदे ने बस, पर ऐसे मसले बन नहीं सकते। यह तां जानण की किरिया जिन्ना कोई जानदा जाए जिन्ना कोई जिउंदा जाए सौखा हुंदा जाएगा जिन्ना मैं तो किन्ने किन्ना जाने इहदा भी कोई अजे तक दावा नहीं कोई कर सकता भी मैं किन्ना क जाणिया ते किन्ना क रहिंदा है। रहिंदा ते सब कुछ ही है, तुसीं इहदे विचों किन्ना क कढ पाए हो जाण पाए हो प्रश्न यह है। तो गरीब नवाज पातशाह जी बाणी दे विच आखदे हो बुद्धि दा विशा नहीं ते दूसरा अगोचर तुहाडे ज्ञान इंद्रिया नाल उह पकड़ विच उहदी हस्ती नहीं आउंदी। हर अगम अगोचर अपरंपर जिसका कोई पारला पासा एक सिरा तुहाडे कंट्रोल विच हाथ विच नहीं आउंदा पकड़ विच नहीं आउंदा स्वामी ओ मालक दी हस्ती जन पग लग त्यावो होए दासन दासा। मैं उस अकाल पुरख दे राह ते तुरन वालियां दे चरनी लगदा मैं उन्हां दा सत्कार आदर करदा मैं उन्हां तो नीवा हां।
गुरु महाराज इतने कहते जेडे उस सच के राह से तुरे मैं तो भाई उन्होंने तो नीवा मैं तो उन्होंने दासा का दास हाँ सेवादार हाँ उन्होंने पैरी लगदा निम्रता निर्माणता सहित उन्हों की सोभत माणदा। तो सतगुरु कहते आदित वार आदि पुरख है सोई आदित आदित्य कहते हैं संस्कृत विच सूरज। पहला दिन जिहड़ा सप्ताह है वह सूरज के नाम तो रखा गया। पातशाह कहते ऐतवार इस बाबत सतगुरु ने अपना उपदेश आरंभ करदिया कि आदि पुरख है सोई वह प्रभु सारे जगत का मुढ़ है मूल है ते सारी कायनात विच व्यापक है केवल वह आप ही है सोई आपे वरतै अवर ना कोई वह इको हस्ती सारी कुदरत विच वरत रही है उस तो बिना कोई दूसरी उस वर्गी हस्ती है ही नहीं। पोत पोत जग रहे परोई ताने पेटे वांग सारे जग कुदरत कायनात विच परोया होया समाया होया व्यापक है। आपे करता करे सो हो वो आप करता जो करदा भाव उन्हें अपने हुक्म की सत्ता नाल जिस तरह कुदरत का चलन चलाया उही वापर है। हुक्म तो बाहरी कोई खेड वापर ही नहीं रही। नाम रते सदा सुख होई गुरमुख विरला बूझे कोई। गुरु अमरदास महाराज कहिंदे जेडे उस अकाल पुरख दे नाम उहदे हुक्म उहदी होंद दे अहसास ते गुणा नाल रते होए हन सतगुरु कहिंदे ने उहदे प्रभाव विच जीउंदे हन सदा सुख होई उहनां नूं सदीव काल आत्मक सुख मन दा टिकाओ अंदर दा सकून ते चैन मिलदा। गुरमुख विरला बूझे कोई गुरु दे राही विरला महत्वपूर्ण श्रेष्ठ पुरख है जो बुझदा है भाव जो बुझ लैंदा उह श्रेष्ठ हो जांदा। तो हजूर आखदे ने सोमवार सच रहिया समाय सोम चंद्रमा नूं कहिंदे हन संस्कृत विच। इहनूं हुण तुसीं अंग्रेजी विच वेखो तकरीबन संडे सूरज तों जिहदा नाम पिया होवे फिर अग्गे मंडे असीं कहिंदे हां मून डे मून तो चंद्रमा तो जिसका नाम नियत किया गया होवे। उधर संस्कृत वालिया ने आदित्य पहला आदित दूसरा सोम आदित सूरज नूं कहिंदे ने संस्कृत विच ते सोम चंद्रमा नूं कहिंदे ने। हुण इहदा भाव है भी मुढ़ इन्हां भाषावां दा इक ही जगह तो उकरिया गया जिथों वख वख शब्द सफर करदिआं करदिआं अपना रूप वटाउंदे गए आदित नूं ऐत नूं ऐत सौखा है आदित तो पंजाबी रूपांतरों को के ऐतवार बन जाता है। इधरले पासे सूरज तो यह भी नाम सूरज तो वह भी सूरज तो वह भी चंद्रमा तो बनया हुआ दूसरा भी चंद्रमा तो नाम रखा है यानी कि दिना के ना जड़े ने ग्रहों के नावों के उत्ते नियत किए गए ने। तो पातशाह जी बख्शिश करते ने सच रहा समाए वह सच अकाल पुरख सभना विच व्यापक है ते जेडे जीव उस राह ते तर चलदे ने उस सच प्रभु विच अभेद होए रहिंदे ने। तिस की कीमत कही ना जाए ऐसे जीव दी आत्मक गुणा दी कीमत कदर बयान नहीं कीती जा सकती जिन्हों बाणी ने कहा गुरु नानक साहब ने मन्ने की गत कही ना जाए। आख आख रहे सब लिवलाए जिस देवै तिस पल्लै पाए। वैसे तो महाराज कहिंदे ने हर कोई आख आख के विरलाप कर करके कथन कर करके जां समाधियां ला के ध्यान उहदे उत्ते केंद्रित करन दी अपने अपने कर्मां राहीं कोशिश करदे ने पर पल्ले उसे दे ही उह तत् ज्ञान पैंदा जिस उत्ते उह रहमत ते बख्शिश आप करदा है आप रहमत ते बख्शिश करके जिस नूं स्वय सोझी बख्शिश करदा है। अगम अगोचर लखिया ना जाए गुर कह शब्द हर रहे समाय। उहदा स्वरूप अगम है बुद्ध तो ते इंद्रियां तो अगोचर परे है लख्या ना जाए नूं बुद्धि नाल लख्या नहीं जा सकदा। सतगुरु कहिंदे गुर कह शब्द हर रहे समाए गुरु दे शब्द राही इस दी सोझी हुंदी है वी उह सर्वव्यापक है ते सारी कुदरत विच आप रमिया होया है। सतगुरु कृपा करन अगलेरा उपदेश अगले दीवाना विच विचारण दा यतन करांगे। सतगुरु पातशाह हुईयां भुल्लां चुक्कां दी खिमा ब
बख्शिश करन। फतेह बुलाओ, वाहिगुरु जी का खालसा, वाहिगुरु जी की फतेह।